ये रिएक्शन है, रिएक्शन रिएक्शन आर इक्वल एंड अपोजिट। तुसी जे कुदरत नाल गड़बड़ करोगे ओदा रिएक्शन है। ज्यादा करोगे उन्ना ओदा उन्ना ही रिएक्शन ज्यादा होगा। ओजोन दी परतों ठीक होने लग गई। इन्होंने जिन्ने भी टेस्ट करते ने न्यूक्लियर वो सारे ही हिंसा सी, कुछ नेचर के खिलाफ हिंसा सी। ਇਹ ਨੇਚਰ ਦੇ ਖਿਲਾਫ ਹਿੰਸਕ ਹੋਏ ਹੋਏ ਸੀ। ਉਹਦਾ ਜਵਾਬ ਦਿੱਤਾ ਪਰਮੇਸ਼ਰ ਨੇ ਇਹਨਾਂ ਨੂੰ, ਨੇਚਰ ਨੇ। ਬਸ ਜੇ ਤੁਸੀਂ ਕੰਧ ਦੇ ਉੱਤੇ ਬਹੁਤ ਜ਼ੋਰ ਨਾਲ ਮੁੱਕੀ ਮਾਰੋਗੇ, ਜੇ ਦੀਵਾਰ ਨੂੰ ਸੱਟ ਲੱਗੂਗੀ ਤਾਂ ਤੁਹਾਡੇ ਹੱਥ ਨੂੰ ਵੀ ਸੱਟ ਲੱਗੂਗੀ। ਹੁਣ ਹੱਥ ਪੀੜ ਜਿਹੜੀ ਹੋਈ ਆ ਇਹਨਾਂ ਦੇ, ਉਹ ਪਤਾ ਲੱਗਿਆ ਇਹਨਾਂ ਨੂੰ। ਕਰੋਨਾ ਵਾਇਰਸ ਆਈ ਕਿਉਂ ਇਹ ਖੋਜਣ? ਉਹ ਤਾਂ ਖੋਜਦੇ ਨੀ। ਰੋਗ ਦੀ ਜੜ ਲੱਗੋ, ਰੋਗ ਦਾਰੂ ਦੋਵੇਂ ਜਾਣੇ ਤਾਂ ਵੈਦਾ। ਇਹ ਤਾਂ ਰਾਜ ਲੱਭਦੇ ਨੇ ਕਿਉਂ ਪੈਦਾ ਹੋਈ, ਉਹ ਕਿਉਂ ਨੀ ਲੱਭਦੇ? ਪੈਦਾ ਇਹਨਾਂ ਨੇ ਆਪ ਕੀਤੀ ਹੈ, ਇਹਨਾਂ ਦੀ ਅਕਲ ਨੇ, ਇਹਨਾਂ ਦੀ ਨੌਲੇਜ ਨੇ, ਲਿਟਲ ਨੌਲੇਜ ਨੇ ਪੈਦਾ ਕੀਤੀ ਹੈ, ਉਹ ਕਾਹਦੇ ਨੀ ਲੱਭਦੇ? ਆਈ ਥਿੰਕ ਕੋਈ ਬਿਮਾਰੀ ਇਹਨਾਂ ਨੇ ਲੱਭੀ ਆ ਵੀ ਕਿਉਂ ਪੈਦਾ ਹੋਈ। ਕੁਝ ਮੁਲਜ਼ਮੇ ਆਪ ਨੇ, ਉੱਥੇ ਵੀ ਹਿੰਸਕ ਨੇ। ਉੱਥੇ ਹਿੰਸਾ ਨੀ, ਆਤਮ ਘਾਤ ਹੈ ਇਹ। ਆਤਮ ਘਾਤ ਹੀ ਹੈ, ਜਿਵੇਂ ਮੈਂ ਕਿਹਾ ਵਿਕਾਸ ਵਿੱਚੋਂ ਵਿਨਾਸ਼ ਨਿਕਲਦਾ, ਇਹ ਆਤਮ ਘਾਤ ਹੈ। ਲੋਭ ਦਾ ਜਿਹੜਾ ਹੱਦ ਹੈ, ਐਕਸਟ੍ਰੀਮ ਹੈ, ਆਤਮ ਘਾਤ ਹੀ ਹੈ। ਲੋਭ ਇਹਨਾਂ ਦਾ ਆਤਮ ਘਾਤ ਹੀ ਹੋ ਗਿਆ। ਜਿਹੜੀ ਐਸ਼ੋ ਇਸ਼ਰਤ ਹੈ, ਆਤਮ ਘਾਤੀ ਹੋ ਗਈ। ਸਬਰ ਹਿੱਲ ਗਿਆ, ਆਤਮ ਘਾਤ ਹੋ ਗਿਆ। ਗੁਣ ਖਤਮ ਕਰਕੇ ਔਗਣ ਜਿੰਨੇ ਵਧੀ ਜਾਣਗੇ, ਆਤਮ ਘਾਤ ਓਨਾ ਹੀ ਹੋਈ ਜਾਊਗਾ। ਕਰੋਨਾ ਵਾਇਰਸ ਦੇ ਜਰਾਸੀਮ ਪੈਦਾ ਕਿਉਂ ਹੋਏ ਇਹ ਲੱਭੋ, ਇਹਦੀ ਖੋਜ ਕਰੋ। ਬਿਮਾਰੀਆਂ ਪੈਦਾ ਕਿਉਂ ਹੁੰਦੀਆਂ ਨੇ ਇਹਦੀ ਖੋਜ ਕਰੋ, ਨਵੀਆਂ ਤਾਂ ਨਵੀਆਂ। ਇੱਧਰ ਨੂੰ ਕਿਉਂ ਨੀ ਜਾਂਦੇ? ਮੈਂ ਸਾਰਿਆਂ ਨੂੰ ਕਹਿੰਦੀ ਖੋਜ ਕਰੋ। ਠੱਗ ਨੇ ਸਭ ਇਕੱਠੇ ਹੋਏ, ਬਲੈਕਮੇਲ ਕਰਦੇ ਪਬਲਿਕ ਨੂੰ, ਗੱਲਾਂ ਕਰਦੇ ਤੁਸੀਂ ਦੁਨੀਆ ਦੇ ਪਬਲਿਕ ਦੇ ਭਲੇ ਦੀਆਂ, ਕਰਦੇ ਕਿਉਂ? ਇਲਜ਼ਾਮ ਲਾਉਣੇ ਸੌਖੇ ਨੇ, ਉਹ ਗੱਲ ਦੂਏ ਪਾਸੇ ਕਿੱਧਰ ਜਾਊਗੀ? ਉਹ ਵੀ ਵਿਚਾਰ ਨਹੀਂ ਚਾਹੀਦੀ ਹੈ। ਇੱਕਦਮ ਦੂਏ ਤੇ ਇਲਜ਼ਾਮ ਨਹੀਂ ਲਾਉਣੇ ਚਾਹੀਦੇ, ਇਹਦੇ ਕਾਰਨ ਉਹ ਕਿਉਂ ਹੋਇਆ, ਕਿਹੜੀ ਚੀਜ਼ ਨਾਲ ਪੈਦਾ ਹੁੰਦਾ, ਇਹਦਾ ਉਹਨਾਂ ਤੁਹਾਨੂੰ ਵੀ ਪਤਾ ਕਿਵੇਂ ਪੈਦਾ ਹੁੰਦਾ। ਗਿਆਨ ਹੈ ਜਿਹੜਾ, ਉਹ ਗਿਆਨ ਇੱਥੇ ਨੂੰ ਕਹਿੰਦੇ ਨੇ, ਇਹ ਕੁਗਿਆਨੀ ਹੈ। ਕੁਗਿਆਨੀ ਆਇਆ ਪਹਿਲਾਂ, ਨਿਸ਼ਚਿਤ ਹੋ ਗਿਆ ਨਾ ਗਿਆਨ ਦਾ? ਹਾਂ, ਮੈਂ ਕਿਹਾ ਸੀ ਤਿੰਨ ਸ਼ਕਤੀਆਂ ਨੇ ਦੁਨੀਆਂ ਵਿੱਚ। ਇੱਕ ਬੁੱਧ ਵਾਲਾ ਹੈ, ਗਿਆਨ ਹੈ। ਇੱਕ ਧਨ ਵਾਲਾ ਹੈ, ਪੈਸਾ ਹੈ। ਇੱਕ ਬਾਹੂਬਲ ਹੈ, ਮੈਨ ਪਾਵਰ। ਤਿੰਨਾਂ ਚੋਂ ਜੇ ਕਿਸੇ ਦਾ ਵੀ ਗਲਤ ਇਸਤੇਮਾਲ ਹੋਵੇ, ਬਹੁਤ ਉਹਦੇ ਨਾਲ ਸਮਝੋ ਵਰਲਡ ਵਾਰ ਨਾਸ਼ ਹੋ ਜਾਂਦਾ ਦੁਨੀਆਂ ਦਾ। ਇਹਦਾ ਇਸਤੇਮਾਲ ਰੱਜ ਕੇ ਹੋ ਰਿਹਾ ਹੈ ਬਹੁਤ ਦੇਰ ਦਾ। ਗਿਆਨ ਦਾ ਵੀ ਗਲਤ ਇਸਤੇਮਾਲ ਹੋ ਰਿਹਾ। ਅੱਜ ਉਹ ਕੁਛ ਹਥਿਆਰ ਬਣਦੇ ਨੇ, ਕਾਹਦੇ ਵਾਸਤੇ ਬਣਦੇ ਨੇ? ਆਦਮੀ ਨੂੰ ਮਾਰਨ ਵਾਸਤੇ ਹੀ ਬਣਦੇ ਨੇ। ਆਦਮੀ ਨੂੰ ਮਾਰ ਰਿਹਾ, ਆਦਮੀ ਨਾਲ ਦੁਸ਼ਮਣ ਕਿੱਥੇ ਦੀ ਅਕਲ ਹੈ ਵੀ? ਇਹ ਕਿੱਥੇ ਦਾ ਧਰਮ ਹੈ? ਕਿਹੜਾ ਧਰਮ ਹੈ? ਕੀ ਇਸਲਾਮ ਇਜਾਜ਼ਤ ਦਿੰਦਾ? ਕੀ ਈਸਾਈ ਮਤ ਇਜਾਜ਼ਤ ਦਿੰਦੀ ਹੈ? ਕੀ ਕਿਸੇ ਧਾਰਮਿਕ ਆਦਮੀ ਨੇ ਰੋਕਿਆ? ਪੋਪ ਨੇ ਰੋਕਿਆ? ਕਦੇ ਆਵਾਜ਼ ਉਠਾਈ? ਧਰਮ ਹੁੰਦਾ ਉਠਾਉਂਦਾ ਆਵਾਜ਼, ਜਵਾਬ ਦੇਣਾ ਪਊਗਾ ਸਾਰਿਆਂ ਨੂੰ। ਨਹੀਂ ਤਾਂ ਕਿਹਾ ਦੋ ਰਹਿਣ ਦੋ, ਰਾਤ ਆ ਜਾਓ ਚੁੱਪ ਕਰਕੇ, ਪਿਛਲੀਆਂ ਗਲਤੀਆਂ ਤੇ ਮਿੱਟੀ ਪਾਓ, ਜੋ ਹੋ ਗਿਆ ਹੋ ਗਿਆ।
गां ठीक कर लो कठे होके बह जाओ आराम ना। किने करता किने ना करता इस बहस पै के भी नुकसान होगा फायदा कोई नहीं, चुप करके गलतियां मान के जिन गलती होगी माफ कर दो सब नु गां से तेरा बैठो नहीं पड़ना थोड़ी मर्जी अपने आप नो सब कुछ पावर ने आदमी कर दू जी आदमी टेस्ट ट्यूब कर ली फलाना कर ली तुम दस दूगा टेस्ट ट्यूब कह जी होंगी है कुछ भी नहीं आदमी का है मुझे किया है शायद अहंकार समझ आ गई भी समझ आने चंगे रहने ना समझ आगे तुम होर कोई छड़ दे बना के ज्यादा सिंह दुनिया मर जाऊगी राजनीति कर लो फिर।